ਸਤਿ ਸ਼੍ਰੀ ਅਕਾਲ ਸਵਾਗਤ ਹੈ ਅਤੇ ਅੱਜ ਲਾਵਾਂਗੇ ਆਪਾਂ ਕੈਂਪਿੰਗ ਟੈਂਟ ਅਤੇ ਰੋਡ ਦੇ ਉੱਤੇ ਹੀ ਅਤੇ ਨਾਲ ਦੇਖ ਲਾਂਗੇ ਪਨੀਰ ਟਿੱਕਾ ਜਾਂ ਕੁਛ ਨਾ ਕੁਛ ਰੈਡੀ ਕਰਦੇ ਹਾਂ। ਸਤਿ ਸ਼੍ਰੀ ਅਕਾਲ ਜੀ ਮੁੱਠ ਜੀ, ਇਹ ਰੋਡ ਦੇ ਉੱਤੇ ਹੀ ਟੈਂਟ ਲਾਉਣ ਲੱਗ ਗਏ ਜੀ? ਉਹ ਮਾਮਾ ਕਿਸੇ ਹਿਲ ਸਟੇਸ਼ਨ 'ਤੇ ਲਾਈਦਾ ਵਾ ਟੈਂਟ, ਹਾਂ ਰੋਡ ਦੇ ਉੱਤੇ ਲਾਈ ਜਾਂਦਾ। ਚੱਲ ਆ ਜਾਓ ਵੇਖੀ ਇਹਨਾਂ ਦਾ ਟੈਂਟ। ਮੈਂ ਰਾਤ ਸੌਣਾ ਹੀ ਹਾਂ ਕਿ ਮੈਂ ਟੈਂਟ ਲਾਉਂਦੇ ਟਰਾਈ ਕਰਦੇ ਹਾਂ। ਕੱਚਾ ਕੋਲਾ ਮੈਨੂੰ ਦੀਦੀ ਹੁਣ ਦੇ ਘਰੋਂ ਮਿਲ ਗਿਆ, ਉਹ ਵੀ ਲੈ ਲਿਆ ਆਪਾਂ, ਸੰਦੀਪ ਨੇ ਫੜਿਆ ਲਿਫਾਫੇ 'ਚ। ਹੈਂ ਕੋਲੇ ਨਾ ਥੋੜ੍ਹੀ ਜਿਹੀ ਉਹ ਲਿਆ, ਦੁੱਧ ਨਹੀਂ ਹੋਈ, ਉਹ ਦਹੀਂ ਹੀ ਦਹੀਂ ਉਹਨੂੰ ਚੈੱਕ ਕਰ ਲਾ, ਦਹੀਂ ਆ ਕਿ ਦੁੱਧ ਆ, ਖਾ ਕੇ ਚੈੱਕ ਕਰ ਲਾ। ਐਵੇਂ ਉਹਨਾਂ ਜਿੱਦੀ ਜਾਣ ਡਿਆ, ਦੁੱਧ ਨਹੀਂ ਦਹੀਂ ਆ, ਦਹੀਂ ਆ। ਨਾਲੇ ਲੱਲਾ ਮਾਮਾ ਉੱਥੇ ਪਨੀਰ ਮੈਰੀਨੇਟ ਨਹੀਂ ਕਰਨਾ, ਕੋਈ ਚਿਕਨ ਚੁਕਨ ਮੈਰੀਨੇਟ ਕਰਨਾ, ਲੱਲਾ ਦਹੀਂ ਚੁੱਕ ਲਾ ਉੱਥੋਂ ਹੀ, ਉਹ ਵੀ ਫ੍ਰੀ ਮਿਲ ਜਾਣਾ ਤੈਨੂੰ। ਕਿੱਦਾਂ ਕਿੰਨੀ ਕੁ ਕਿੱਲੀ ਆ? ਤੇ ਇੱਥੇ ਕਿਹੜਾ ਕ੍ਰਿਕਟ ਮੈਚ ਹੋਣਾ ਵਾ? ਆਹੋ ਲੱਗ ਜਾਣਾ ਵਾ ਤਰੇਲ ਤੇ ਭਾਜੀ। ਕੀ ਵਿਖਾਉਣ ਡਿਆ ਤਰੇਲ ਕੇ ਸਾਲੀ? ਸਾਲੀ ਨਾਲ ਕ੍ਰਿਕਟ ਮੈਚ ਹੋਣਾ ਵਾ? ਬੜਾ ਭੈਣ ਚੋਦਾ ਤੂੰ ਠਰਕੀ ਹੈ, ਸਾਲੀ ਨਾਲ ਕ੍ਰਿਕਟ ਮੈਚ ਖੇਡਣ ਨੂੰ ਫਿਰਦਾ ਵਾ। ਸੰਦੀਪ ਨੂੰ ਪਤਾ ਲੱਗ ਨਾ ਉਹਨੇ ਤੇਰੇ ਮੋਰ ਛਿੱਲਦੇ ਨੇ ਆ। ਨਵੀਂ ਪਲੇਸ ਵੇਖੀ ਇੱਥੇ, ਕਹਿੰਦੇ ਭਾਜੀ ਕਹਿੰਦੇ ਇੱਥੇ ਲਾ ਲੈਂਦੇ ਆੜੀ ਜਗ੍ਹਾ, ਹੁਣ ਨਵੀਂ ਦੇਖੀ ਆ। ਕੋਈ ਪਿੱਛੇ ਐਵੇਂ ਪਹਿਲਾਂ ਉੱਥੇ ਲਾਉਣ ਲੱਗੇ, ਪਾਰਕ ਬਣੀ ਸੀ ਛੋਟੀ ਜੀ, ਅਤੇ ਭਾਜੀ ਹੁਣੀ ਕਹਿੰਦੇ ਐਵੇਂ ਕਿਸੇ ਦੀ ਆਪਾਂ ਕੱਲ੍ਹ ਹੀ ਗੱਲ ਸੁਣਨੀ ਦੀ, ਫਾਇਦਾ ਕੋਈ ਨਹੀਂ ਹੈਗਾ ਵੀ, ਅਤੇ ਹੋਰ ਕਿਤੇ ਆਪਾਂ ਲਗਾ ਲੈਂਦੇ ਹਾਂ, ਤਾਂ ਇੱਥੇ ਇੱਥੇ ਲੱਗੇ ਲਾਉਣ। ਚਲੋ ਇੱਥੇ ਕੋਈ ਗੱਲ ਵੀ ਨਾ। ਉਹ ਫੁੱਦੂਆ, ਇੰਨੀ ਵਧੀਆ ਜਗ੍ਹਾ 'ਤੇ ਟੈਂਟ ਲਾਉਣ ਲੱਗਾ ਵਾ, ਕੋਈ ਹਿੱਲ ਸਟੇਸ਼ਨ ਜਾਂ ਕੋਈ ਵਧੀਆ ਜਗ੍ਹਾ ਪਾਰਕ ਪੂਰਕ ਵੱਡੀ ਵੇਖ, ਉੱਥੇ ਲਾ ਕੇ ਜਾ ਕੇ। ਮੰਮਾ ਰੋਡ ਸਾਈਡ 'ਤੇ ਐਕਸੀਡੈਂਟ ਵੀ ਹੁੰਦੇ ਆ, ਕਿਹੜੀ ਸਾਈਡ 'ਤੇ ਤੂੰ ਟੈਂਟ ਲਾਉਣ ਡਿਆ ਵਾ? ਮੰਨ ਲਓ ਉੱਥੇ ਜੇ ਤੈਨੂੰ ਰਾਤ ਨੂੰ ਬੰਦੇ ਪੈ ਜਾਣ, ਫਿਰ ਤੇਰਾ ਸਾਰਾ ਫੋਨ ਫਾਨ ਚੁੱਕ ਕੇ ਸਾਰਾ ਸਮਾਨ ਚੁੱਕ ਕੇ ਲੈਣ, ਫਿਰ ਸੰਦੀਪ ਨੂੰ ਲੈ ਕੇ, ਫਿਰ ਸਾਡਾ ਰੋਏਗਾ, ਫਿਰ ਸਲਫਾਜ ਖਾਏਗਾ। ਕਰੂਗੇ ਨਾਲੇ ਲਾਈਟਿੰਗ ਵੀ ਹੈਗੀ ਹੈ, 10 ਮਿੰਟ ਇੰਜੋਏ ਕਰਨਾ, ਇੱਥੇ ਲੱਗ ਜਾਣਾ ਬੜਾ ਵਧੀਆ। ਚੇਅਰ ਹੈਗੀ, ਇੱਥੇ ਬਹਿ ਵੀ ਜਾਵਾਂਗੇ ਨਾਲੇ। ਹਾਂ ਠੀਕ ਹੈ, ਚੱਲ ਇੱਥੇ ਚੇਅਰ ਹੈਗੀ, ਨਾਲੇ ਬਹਿ ਜਾਵਾਂਗੇ। ਹੈਂ ਜੇ 10 ਮਿੰਟ ਇੰਜੋਏ ਕਰਨਾ ਸੀ ਤੇ ਮਾਮਾ ਐਡੀ ਦੂਰ ਧੱਕੇ ਕਿਉਂ ਘੁਮਾਉਣ ਡਿਆ ਸਾਰਿਆਂ ਨੂੰ? ਉੱਤੋਂ ਨਿੱਕੀ ਜਿਹੀ ਨਿਆਣੀ ਲਈ ਫਿਰਦਾ, ਨਾਲੇ ਆਪਣੀ ਘਰ ਦੀ ਨੂੰ, ਸਾਰੇ ਟੱਬਰ ਨੂੰ ਰੋਡ ਦੇ ਉੱਤੇ ਧੱਕੇ ਘੁਮਾਉਣ ਡਿਆ। ਮਾਮਾ ਕੋਠੇ ਤੇ ਲਾ ਲੈਣਾ ਸੀ ਇਹ ਜਿਹੜਾ ਟੈਂਟ ਹੁੰਦਾ ਨਾ, ਇਹ ਲਾਉਣ ਵਾਸਤੇ ਹਿੱਲ ਸਟੇਸ਼ਨ 'ਤੇ ਜਦੋਂ ਜਾਂਦੇ ਆ ਉਦੋਂ ਲਾਈਦਾ ਵਾ, ਰੋਡਾਂ ਉੱਤੇ ਨਹੀਂ ਲਾਈਦਾ। ਮਾਮਾ ਨੂੰ ਫੀਲਿੰਗ ਲੈਣ ਡਿਆ ਵਾ ਰੋਡ ਟੈਂਟ ਦੀ, ਸਾਰਾ ਸੜਕਾਂ ਉੱਤੇ ਹੀ ਮੰਗਤਾ ਲੱਗਣ ਡਿਆ ਮਾਮਾ ਇੱਦਾਂ। ਹਾਂ ਠੀਕ ਹੈ, ਚੱਲ ਇੱਥੇ ਚੇਅਰ ਹੈਗੀ, ਨਾਲੇ ਬਹਿ ਜਾਵਾਂਗੇ। ਹੈਂ ਸਹੀ ਹੈ ਨਾ ਮੰਮੀ? ਕਿਹਨੂੰ ਪੁੱਛਣ ਡਿਆ ਵਾ, ਮੰਮੀ ਨੂੰ ਕਿ ਸਾਲੀ ਨੂੰ? ਸਾਲੀਆਂ ਦਾ ਬੜਾ ਠਰਕ ਇੱਕ ਦੀ ਮੋਟੋ, ਸਾਲੀ ਦੇ ਉੱਤੇ ਕੈਮਰਾ ਮਾਰਿਆ। ਆਹ ਠੀਕ ਹੈ ਨਾ ਚਿਹਰਾ? ਮੰਮੀ ਕਿ ਸਾਲੀ? ਸਾਲੀ ਕਿਆ ਕਰ? ਸਾਲੀ ਆ ਠੀਕ ਆ। ਮੈਨੂੰ ਦੀਦੀ ਤੇ ਹਰਗੁਣ ਸਾਡੀ ਜਿਹੜੀ ਉਹ ਬੈਠ ਗਏ ਨੇ, ਮੰਮੀ ਬੈਠੇ ਵਿੱਚ। ਸਾਰਿਆਂ ਨੂੰ ਪਤਾ ਲੱਗਣ ਡਿਆ ਵਾ ਕਿ ਤੂੰ ਕੀ ਵਿਖਾਉਣਾ ਚਾਹੁੰਦਾ ਵਾ, ਕਿਹੜਾ ਕਿਹੜਾ ਬੈਗ ਆ ਟੈਂਟ ਦੇ ਵਿੱਚ। ਸਿੱਧਾ ਕਿਹਾ ਸਾਲੀ ਜੀ ਬਹਿ ਗਏ ਨੇ ਟੈਂਟ ਦੇ ਵਿੱਚ, ਤੇ ਆਹ ਵੇਖ ਲਓ ਮੇਰੀ ਸਾਲੀ ਟੈਂਟ ਦੇ ਵਿੱਚ ਵੜ ਗਈ ਏ। ਭੈਣ ਚੁੱਧਾ ਮੈਨੂੰ ਸਾਰਿਆਂ ਨੂੰ ਪਤਾ ਲੱਗਣ ਡਿਆ ਤੂੰ ਕਰਨ ਕੀ ਡਿਆ ਵਾ, ਮੈਨੂੰ ਦੀਦੀ ਤੇ ਮੰਮੀ ਜੀ ਬਹਿ ਗਏ ਨੇ ਟੈਂਟ ਦੇ ਵਿੱਚ, ਕਿੱਦਾਂ ਸਲਾਹ ਵਿਖਾਉਣ ਡਿਆ? ਵਿਖਾਉਣੀ ਤੇ ਸਾਲੀ ਹੀ। ਕਿੱਦਾਂ ਤੁਹਾਨੂੰ ਸਹੀ ਲੱਗਿਆ? ਉਦਾਂ ਘਰ ਵਾਲੀ ਕਹਿੰਦੇ ਹੁੰਦੇ ਨਾ ਵੀ ਘਰ ਵਾਲੀ। ਕਿੱਦਾਂ ਸਾਲੀ ਵਿਖਾਈ ਜਾ ਰਹੀ ਹੈ ਹੈਂ, ਕਿ ਹਾਂ ਵੀ ਸਾਲੀ ਨੂੰ ਪੁੱਛਣ ਡਿਆ ਕਿੱਦਾਂ, ਤੇ ਜੇ ਉਹ ਸਹੀ ਨਹੀਂ ਬਣੀ ਮੁੱਠੂ ਸਾਹਿਬ ਉਹਨੇ ਆਪੇ ਕਹਿ ਦੇਣਾ ਨਹੀਂ ਸਹੀ ਆਪਣੇ ਘਰ ਵਾਲੇ ਨੂੰ। ਉੱਤੋਂ ਉਹਦਾ ਘਰ ਵਾਲਾ ਵੀ ਕਿੱਡਾ ਝੁੱਡੂ ਆ ਕਿ ਹਾਂ ਵੀ ਉਹ ਵਲੋਗ ਬਣਾਉਣ ਡਿਆ, ਤੇ ਉਹ ਮਨਾ ਹੀ ਨਹੀਂ ਕਰਨ ਡਿਆ ਕਿ ਮੇਰੀ ਘਰ ਵਾਲੀ ਦਾ ਨਾ ਬਣਾ, ਉਹ ਕਹਿੰਦਾ ਹਾਂ ਬਣਾ, ਇਹਨੂੰ ਵੀ ਪੁੱਠੀ ਸਿੱਧੀ ਕਰ। ਦੀਦੀ ਨੂੰ ਨਾ ਠੰਡ ਡਈ ਲੱਗਣ। ਦੀਦੀ ਨੂੰ ਠੰਡ ਲੱਗਣ ਡਈ ਆ, ਸੰਦੀਪ ਨੂੰ ਵੀ ਪੁੱਛ ਲਾ, ਉਹਨੂੰ ਵੀ ਠੰਡ ਲੱਗਦੀ ਹੋਣੀ ਆ। ਮਾਮਾ ਸਾਲੀ ਨੂੰ ਪੁੱਛੀ ਜਾਂਦਾ ਜੇ ਠੰਡ ਲੱਗਣ ਡਈ, ਵਾੜੇ ਨੂੰ ਕੰਪੇਨਿੰਗ ਟੈਂਟ 'ਚ ਤੇ ਵੜ ਜਾ ਚੁੱਪ ਕਰਕੇ, ਕੀ ਪਤਾ ਲੱਗਣ ਡਿਆ ਉੱਥੇ ਕੁਛ। ਸੋ ਜਿਹੜੇ ਮੇਰੇ ਵੀਰ ਆ ਰੋਡ ਸਾਈਡ 'ਤੇ ਬਹਿ ਕੇ ਅੱਧੀ ਰਾਤ ਨੂੰ ਕੁਝ ਖਾਂਦੇ ਆ ਪੀਂਦੇ ਆ, ਮੇਰਾ ਵੀਰ ਨਾ ਕਰੋ ਇਹੋ ਜਿਹੇ ਕੰਮ, ਕਿਉਂਕਿ ਮਾਹੌਲ ਬਹੁਤ ਖਰਾਬ ਆ। ਠੀਕ ਆ, ਇਹ ਫੁੱਦੂ ਆ ਰੋਡ ਸਾਈਡ ਦੇ ਉੱਤੇ ਕੰਪੇਨਿੰਗ ਟੈਂਟ ਲਾ ਕੇ ਅਤੇ ਘਰ ਦੇ ਸਾਰੇ ਬਹਾ ਕੇ ਬੈਠਾ ਵਾ, ਇਹਨੂੰ ਇਹ ਨਹੀਂ ਪਤਾ ਕਿ ਲੋਕ ਕੀ ਅਸਲਾ ਚੱਕੀ ਫਿਰਦੇ ਆ ਦੋ ਨੰਬਰ ਦਾ, ਅਤੇ ਲਾ ਕੇ ਕੰਨ 'ਤੇ ਸਭ ਕੁਝ ਕੰਮ ਕਢਾ ਲੈਂਦੇ ਆ 5 ਮਿੰਟਾਂ 'ਚ। ਠੀਕ ਆ, ਅਤੇ
मैं तो यही कहूँगा यार, अपने घर नालों सेफ जगह कोई नहीं है, किसी रेस्टोरेंट से जाके खा लो बस ठीक। ये होंगे कि हाँ भी कितने हिल स्टेशन के गए हैं उत्थे कि लाओ ठीक है, उत्थे उत्थे भी आपां नूं सेफ्टी वेखनी पैंदी है। फिर फुद्दू वांगू साला जिथे मर्जी जो मर्जी करी जाता, क्रैक आना फिर दिमाग तो की करना इन्हें, एवें थोड़ी सरफाई खाधी ही इन्हें। सो बाय।